ਕਿਉਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵੱਡੀ ਬਗਾਵਤ ਹੈ ਜਿਹੜੀ ਉਹ ਖੜੀ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੁੰਦਾ ਹੈ 14 ਦਸੰਬਰ 1920 ਨੂੰ। ਕਾਂਗਰਸ ਤੋਂ ਬਾਅਦ ਇਹ ਭਾਰਤ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਮੰਨਿਆ ਜਾਂਦਾ ਗਾ। ਤਾਂ ਬਾਬਾ ਖੜਕ ਸਿੰਘ ਇਸ ਦੇ ਪ੍ਰਮੁੱਖ ਆਗੂ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ। ਗੁਰਦੁਆਰਿਆਂ ਨੂੰ ਮਹੰਤਾ ਤੋਂ ਯਾਦ ਕਰਵਾਉਣ ਦੇ ਲਈ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ ਉਹਦੇ ਵਿੱਚ ਬਹੁਤ ਅਹਿਮ ਭੂਮਿਕਾ ਅਦਾ ਕੀਤੀ ਸੀ। ਉਸ ਤੋਂ ਬਾਅਦ ਦੂਸਰੇ ਨੰਬਰ ਦੇ ਵੱਡੇ ਆਗੂ ਹੋਏ ਨੇ ਮਾਸਟਰ ਤਾਰਾ ਸਿੰਘ। ਹਿੰਦੁਸਤਾਨ ਦੀ ਵੰਡ ਦਾ ਜਿਹੜਾ ਵਿਰੋਧ ਕੀਤਾ ਸੀਗਾ, ਜਿਹੜੀ ਕਿ ਪੰਜਾਬ ਦੀ ਵੰਡ ਆਪਾਂ ਕਹਿ ਸਕਦੇ, ਪੰਜਾਬ ਦੀ ਵੰਡ ਵਿੱਚ ਉਹਦਾ ਜ਼ਬਰਦਸਤ ਵਿਰੋਧ ਕੀਤਾ ਸੀਗਾ। ਔਰ ਉਸ ਤੋਂ ਬਾਅਦ ਵੀ 1947 ਤੋਂ ਬਾਅਦ ਆ ਕੇ ਪੰਜਾਬ ਦੇ ਹੱਕਾਂ ਦੇ ਲਈ ਉਹ ਲੜਦੇ ਰਹੇ। ਔਰ ਜੇ ਭਾਰਤ ਦੇ ਵਿੱਚ ਆਜ਼ਾਦ ਭਾਰਤ ਦੇ ਵਿੱਚ ਸਭ ਤੋਂ ਪਹਿਲੀ ਰਾਸ਼ਟਰੀ ਹੱਥਕੜੀ ਜੇ ਲੱਗੀ ਤਾਂ ਉਹ ਮਾਸਟਰ ਤਾਰਾ ਸਿੰਘ ਨੂੰ ਲੱਗੀ ਸੀ। ਭਾਰਤ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਹੋਣ ਦਾ ਜਿਹੜਾ ਮਾਣ ਹੈ ਉਹ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਮਿਲਿਆ। ਅਤੇ ਇਸ ਤੋਂ ਬਾਅਦ ਆਪਾਂ ਕਹਿ ਸਕਦੇ ਵੀ ਉਹ ਜਦੋਂ ਆਖਰ ਦੇ ਵਿੱਚ ਉਹ ਮੁੱਖ ਮੰਤਰੀ 2017 ਤੱਕ ਰਹੇ ਆ, ਅਤੇ 2017 ਦੇ ਵਿੱਚ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਹੋਣ ਦਾ ਮਾਣ ਹੈ ਜਿਹੜਾ ਉਹ ਵੀ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਮਿਲਿਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਅਤੇ ਮੈਂ ਜਗਸੀਰ ਸਿੰਘ ਸੰਧੂ ਹਾਜ਼ਰ ਹਾਂ ਨਿਰਪੱਖ ਟਾਕ ਲੈ ਕੇ। ਸੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਨਾ ਕਿਸੇ ਮੁੱਦੇ ਦੇ ਉੱਪਰ ਗੱਲ ਕਰਦੇ ਹਾਂ ਤੁਹਾਡੇ ਨਾਲ। ਕੋਈ ਨਾ ਕੋਈ ਖਬਰ ਇਸ ਤਰ੍ਹਾਂ ਦੀ ਹੁੰਦੀ ਹੈ ਜਿਹਦੇ ਬਾਰੇ ਜਗਿਆਸਾ ਹੁੰਦੀ ਹੈ ਤਕਰੀਬਨ ਸਾਰਿਆਂ ਦੀ ਸੁਣਨ ਦੀ, ਅਤੇ ਉਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰੀਦੀ ਹੈ। ਸੋ ਅੱਜ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਏ ਹੋਏ ਨਿਘਾਰ ਦੀ। ਸ਼੍ਰੋਮਣੀ ਅਕਾਲੀ ਦਲ ਕਿਉਂ ਨਿਘਾਰ ਵੱਲ ਜਾ ਰਿਹਾ ਹੈ, ਕਾਰਨ ਕੀ ਹੈਗਾ, ਕਿਉਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵੱਡੀ ਬਗਾਵਤ ਹੈ ਜਿਹੜੀ ਉਹ ਖੜੀ ਹੋ ਗਈ ਹੈ। ਸੋ ਇਸ ਬਾਰੇ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸੋ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੁੰਦਾ ਹੈ 14 ਦਸੰਬਰ 1920 ਨੂੰ। ਤੋ ਕਾਂਗਰਸ ਤੋਂ ਬਾਅਦ ਇਹ ਭਾਰਤ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਮੰਨਿਆ ਜਾਂਦਾ ਗਾ। ਸੋ ਗੁਰਦੁਆਰਾ ਸੁਧਾਰ ਐਕਟ ਦੇ ਵਿੱਚੋਂ ਇਸ ਪਾਰਟੀ ਦਾ ਜਨਮ ਹੈ ਜਿਹੜਾ ਹੋਇਆ ਸੀ। ਸੋ ਇਸ ਦੇ ਜਿਹੜੇ ਪ੍ਰਮੁੱਖ ਆਗੂ ਹੋਏ ਨੇ ਉਹਨਾਂ 'ਤੇ ਇੱਕ ਨਜ਼ਰ ਮਾਰ ਲਈਏ ਤਾਂ ਬਾਬਾ ਖੜਕ ਸਿੰਘ ਇਸ ਦੇ ਪ੍ਰਮੁੱਖ ਆਗੂ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ, ਜਿਨ੍ਹਾਂ ਨੇ ਗੁਰਦੁਆਰਾ ਜਿਹੜਾ ਹੈਗਾ ਸੁਧਾਰ ਲਹਿਰ ਦੇ ਵਿੱਚ ਗੁਰਦੁਆਰਿਆਂ ਨੂੰ ਮਹੰਤਾ ਤੋਂ ਯਾਦ ਕਰਵਾਉਣ ਦੇ ਲਈ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ ਉਹਦੇ ਵਿੱਚ ਬਹੁਤ ਅਹਿਮ ਭੂਮਿਕਾ ਅਦਾ ਕੀਤੀ ਸੀ। ਉਸ ਤੋਂ ਬਾਅਦ ਦੂਸਰੇ ਨੰਬਰ ਦੇ ਵੱਡੇ ਆਗੂ ਹੋਏ ਨੇ ਮਾਸਟਰ ਤਾਰਾ ਸਿੰਘ, ਅਤੇ ਜਿਨ੍ਹਾਂ ਨੇ 1947 ਦੇ ਵਿੱਚ ਹਿੰਦੁਸਤਾਨ ਦੀ ਵੰਡ ਦਾ ਜਿਹੜਾ ਵਿਰੋਧ ਕੀਤਾ ਸੀਗਾ, ਜਿਹੜੀ ਕਿ ਪੰਜਾਬ ਦੀ ਵੰਡ ਆਪਾਂ ਕਹਿ ਸਕਦੇ, ਪੰਜਾਬ ਦੀ ਵੰਡ ਵਿੱਚ ਉਹਦਾ ਜ਼ਬਰਦਸਤ ਵਿਰੋਧ ਕੀਤਾ ਸੀਗਾ। ਔਰ ਉਸ ਤੋਂ ਬਾਅਦ ਵੀ 1947 ਤੋਂ ਬਾਅਦ ਆ ਕੇ ਪੰਜਾਬ ਦੇ ਹੱਕਾਂ ਦੇ ਲਈ ਉਹ ਲੜਦੇ ਰਹੇ। ਔਰ ਜੇ ਭਾਰਤ ਦੇ ਵਿੱਚ ਆਜ਼ਾਦ ਭਾਰਤ ਦੇ ਵਿੱਚ ਸਭ ਤੋਂ ਪਹਿਲੀ ਰਾਸ਼ਟਰੀ ਹੱਥਕੜੀ ਜੇ ਲੱਗੀ ਤਾਂ ਉਹ ਮਾਸਟਰ ਤਾਰਾ ਸਿੰਘ ਨੂੰ ਲੱਗੀ ਸੀ। ਸੋ ਸੰਤ ਫਤਿਹ ਸਿੰਘ ਵੀ ਅਕਾਲੀ ਦਲ ਦੇ ਪ੍ਰਧਾਨ ਹੋਏ ਨੇ, ਉਹਨਾਂ ਨੇ ਪੰਜਾਬੀ ਸੂਬੇ ਦਾ ਮੋਰਚਾ ਲੜਿਆ। ਜਿਹੜਾ ਮੌਜੂਦਾ ਪੰਜਾਬੀ ਸੂਬੇ ਦਾ ਸਰੂਪ ਹੈ ਇਹ ਸੰਤ ਫਤਿਹ ਸਿੰਘ ਹੋਣਾ ਦੀ ਦੇਣ ਹੈ, ਅਤੇ ਇਹਦੇ ਨਾਲ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਚੌਥੇ ਤਖ਼ਤ ਵਜੋਂ ਜਿਹੜਾ 1962 ਦੇ ਵਿੱਚ ਚੌਥੇ ਤਖ਼ਤ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਹੋਣ ਦੇ ਵਿੱਚ ਲਿਆਉਣ ਵਾਲੇ ਵੀ ਸੰਤ ਫਤਿਹ ਸਿੰਘ ਨੇਗੇ। ਸੋ ਇਹ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਨਾਮ ਆਉਂਦਾ ਗਾ, ਜਿਨ੍ਹਾਂ ਨੇ ਪੰਜਾਬੀ ਸੂਬੇ ਮੋਰਚੇ ਤੋਂ ਲੈ ਕੇ ਧਰਮ ਯੁੱਧ ਮੋਰਚਾ ਐਮਰਜੈਂਸੀ ਦੇ ਮੋਰਚੇ ਤੱਕ ਬਹੁਤ ਡਿਕਟੇਟਰ ਦੇ ਤੌਰ 'ਤੇ ਕੰਮ ਕੀਤਾ। ਸੋ ਉਹਨਾਂ ਨੇ ਕਮਿਊਨਿਸਟ ਪਾਰਟੀ ਦੇ ਨਾਲ ਰਲ ਕੇ ਜਿਹੜਾ ਖੁਸ਼ ਹਸਤੈਸੀ ਇੱਕ ਟੈਕਸ ਲਾਇਆ ਸੀਗਾ ਉਹਦੇ ਖਿਲਾਫ਼ ਵੀ ਇੱਕ ਸੰਘਰਸ਼ ਕੀਤਾ। ਪਰ 1984 ਤੋਂ ਬਾਅਦ ਬਲੂ ਸਟਾਰ ਤੋਂ ਬਾਅਦ ਜਿਹੜਾ ਹੋਇਆ ਰਾਜੀਵ ਲੌਂਗੋਵਾਲ ਸਮਝੌਤਾ, ਉਹ ਕੁਝ ਇਸ ਤਰ੍ਹਾਂ ਦਾ ਹੋਇਆ ਕਿ ਉਹਨਾਂ ਨੂੰ ਆਪਣੀ ਜਾਨ ਹੈ ਜਿਹੜੀ ਉਹ ਦੇਣੀ ਪਈ। ਖਾੜਕੂਆਂ ਨੇ ਉਹਨਾਂ ਨੂੰ ਪਿੰਡ ਸ਼ੇਰਪੁਰ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਸੋ ਇਸ ਤੋਂ ਬਾਅਦ ਨਾਮ ਆਉਂਦਾ 5ਵੇਂ ਨੰਬਰ 'ਤੇ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ। ਪ੍ਰਕਾਸ਼ ਸਿੰਘ ਬਾਦਲ ਹੋਣੀ 1970 ਦੇ ਵਿੱਚ 43 ਸਾਲ ਦੀ ਉਮਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ। ਸੋ ਇਹ ਉਸ ਸਮੇਂ ਭਾਰਤ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਹੋਣ ਦਾ ਜਿਹੜਾ ਮਾਣ ਹੈ ਉਹ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਮਿਲਿਆ।
ਅਤੇ ਇਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਵੀ ਉਹ ਜਦੋਂ ਆਖਰ ਦੇ ਵਿੱਚ ਉਹ ਮੁੱਖ ਮੰਤਰੀ 2017 ਤੱਕ ਰਹੇ ਆ ਅਤੇ 2017 ਦੇ ਵਿੱਚ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਹੋਣ ਦਾ ਮਾਣ ਆ ਜਿਹੜਾ ਉਹ ਵੀ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਮਿਲਿਆ। ਅਤੇ ਦਰਅਸਲ 1980 ਦਾ ਜਿਹੜਾ ਦਹਾਕਾ ਆਪਾਂ ਕਹਿ ਸਕਦੇ ਹਾਂ ਕਿ ਜੇ ਆਪਾਂ ਗੱਲ ਕਰੀਏ ਜਿਹੜਾ ਹੈਗਾ ਬਲਿਊ ਸਟਾਰ ਦੀ ਜਾਂ ਸਾਕਾ ਦਰਬਾਰ ਸਾਹਿਬ ਦੀ, ਉਸ ਤੋਂ ਬਾਅਦ ਜਦੋਂ ਸੁਰਜੀਤ ਸਿੰਘ ਬਰਨਾਲਾ ਪ੍ਰਧਾਨ ਬਣਦੇ ਨੇਗੇ ਅਕਾਲੀ ਦਲ ਦੇ ਲੌਂਗੋਵਾਲ ਦੇ ਕਤਲ ਤੋਂ ਬਾਅਦ, ਤਾਂ ਉਸ ਤੋਂ ਬਾਅਦ ਸੁਰਜੀਤ ਸਿੰਘ ਬਰਨਾਲੇ ਤੋਂ ਬਾਅਦ ਪੂਰੀ ਤਰ੍ਹਾਂ ਅਕਾਲੀ ਦਲ ਦਾ ਤੇ ਉੱਪਰ ਕਾਬਜ਼ਾ ਜਿਹੜੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣੀ ਹੋ ਗਏ। 5 ਵਾਰ ਮੁੱਖ ਮੰਤਰੀ ਬਣੇ। ਸੋ ਇਹ 1996 ਤੋਂ ਲੈ ਕੇ ਫਿਰ ਲੰਮਾ ਸਮਾਂ 2008 ਤੱਕ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ। ਸੋ ਇਹ ਵੀ ਇਹਨਾਂ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਵੀ 2017 ਦੇ ਵਿੱਚ ਜਦੋਂ ਉਹਨਾਂ ਦਾ ਕਾਰਜਕਾਲ ਪੂਰਾ ਹੁੰਦਾ ਉਦੋਂ 90 ਸਾਲ ਦੀ ਉਮਰ ਦੇ ਵਿੱਚ ਉਹ ਭਾਰਤ ਦੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਦੇ ਵਜੋਂ ਵੀ ਉਹਨਾਂ ਦਾ ਨਾਮ ਆਉਂਦਾ ਗਾ। ਸੋ 1979 ਤੋਂ 1980 ਦੇ ਦੌਰਾਨ ਜਿਹੜੀ ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਦੇ ਵਿੱਚ ਸਰਕਾਰ ਬਣੀ ਸੀ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣੀ ਖੇਤੀਬਾੜੀ ਮੰਤਰੀ ਵੀ ਬਣੇ ਸੀਗੇ। ਅਤੇ ਪਰ ਉਸ ਤੋਂ ਬਾਅਦ ਉਹਨਾਂ ਨੇ ਕੇਂਦਰ ਦੀ ਸਿਆਸਤ ਵੱਲ ਨਹੀਂ ਤੱਕਿਆ, ਮੁੜ ਕੇ ਉਹ ਸਾਰਾ ਧਿਆਨ ਆ ਜਿਹੜਾ ਉਹਨਾਂ ਨੇ ਪੰਜਾਬ ਦੇ ਵਿੱਚ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਹੀ ਲਗਾ ਦਿੱਤਾ ਗਾ। ਸੋ ਇਹਦੇ 'ਚ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਵੀ 1980 ਤੋਂ ਬਾਅਦ ਉਹ ਪੂਰੀ ਤਰ੍ਹਾਂ ਫਿਰ ਉਹਨਾਂ ਨੇ ਅਕਾਲੀ ਦਲ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਅਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰਕੇ ਅਕਾਲੀ ਦਲ ਦੀ ਵਿੱਚ ਜਿਹੜੀ ਸਰਕਾਰ ਕਾਇਮ ਕੀਤੀ। ਹਾਲਾਂਕਿ ਉਸ ਤੋਂ ਪਹਿਲਾਂ ਮੰਨਿਆ ਜਾਂਦਾ ਸੀ ਵੀ ਅਕਾਲੀ ਦਲ ਦੀਆਂ ਸਰਕਾਰਾਂ ਜਿਹੜੀਆਂ ਉਹ ਤੋੜ ਦਿੱਤੀਆਂ ਜਾਂਦੀਆਂ ਸੀ, ਵੱਖ ਵੱਖ ਸਮੇਂ 'ਤੇ ਅਕਾਲੀ ਦਲ ਦੀਆਂ ਸਰਕਾਰਾਂ ਬਣਦੀਆਂ ਆਈਆਂ, ਪਰ ਸੈਂਟਰ ਸਰਕਾਰ ਅਕਾਲੀ ਦਲ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨੂੰ ਕਿਸੇ ਨੂੰ 2 ਸਾਲ, ਕਿਸੇ ਨੂੰ 2.5 ਸਾਲ, ਕਿਸੇ ਨੂੰ 1.5 ਸਾਲ ਬਾਅਦ ਤੋੜ ਦਿੰਦਾ ਸੀਗਾ। ਪਰ ਭਾਜਪਾ ਦੇ ਨਾਲ ਗੱਠਜੋੜ ਕਰਕੇ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਪੂਰੇ 5 ਸਾਲ ਸਰਕਾਰ ਜਿਹੜੀ ਚਲਾਉਣ ਵਾਲੀ ਰਵਾਇਤ ਆ ਉਹ ਵੀ ਕਾਇਮ ਕੀਤੀ। ਤੋ ਇਹਦੇ ਨਾਲ ਨਾਲ ਇਹ ਵੀ ਕਿਹਾ ਜਾਂਦਾ ਵੀ ਖਾੜਕੂਵਾਦ ਦੇ ਦੌਰ ਤੋਂ ਬਾਅਦ ਜਿਹੜੀ ਸਿੱਖ ਲੀਡਰਸ਼ਿਪ ਸੀ ਉਹਨੂੰ ਪੂਰੀ ਤਰ੍ਹਾਂ ਜਿਹੜਾ ਆਪਾਂ ਕਹਿ ਸਕਦੇ ਹਾਂਗੇ ਭਾਰਤ ਦੇ ਕੌਮੀ ਧਾਰਾ ਦੇ ਵਿੱਚ ਉਹਨਾਂ ਨੂੰ ਲਿਆਂਦਾ, ਉਹਨਾਂ ਨੂੰ ਰਾਸ਼ਟਰਵਾਦ ਦੇ ਨਾਲ ਜੋੜਨ ਦਾ ਕੰਮ ਹੈ ਜਿਹੜਾ ਇਹ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਕੀਤਾ ਗਾ। ਅਤੇ ਇਹਦੇ ਨਾਲ ਨਾਲ ਪ੍ਰਕਾਸ਼ ਸਿੰਘ ਬਾਦਲ ਹੋਣਾ 'ਤੇ ਵੱਡੇ ਇਲਜ਼ਾਮ ਵੀ ਇਹ ਲੱਗਦੇ ਰਹੇ ਆ ਕਿ ਉਹਨਾਂ ਨੇ ਨਿੱਜੀ ਸਿਆਸੀ ਹਿੱਤਾਂ ਦੀ ਖਾਤਰ ਜਿਹੜੀਆਂ ਸਿੱਖ ਸੰਸਥਾਵਾਂ ਨੇ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਜਿਹਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਗੱਲ ਕਰ ਲਈਏ, ਦਮਦਮੀ ਟਕਸਾਲ ਦੀ ਗੱਲ ਕਰ ਲਈਏ ਜਾਂ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਿੱਖ ਸੰਸਥਾਵਾਂ ਸੀਗਾ, ਉਹਨਾਂ ਨੂੰ ਨਿਘਾਰ ਵੱਲ ਤੋਰਿਆ ਹੀ ਨਹੀਂ, ਉਹਨਾਂ ਦੇ ਵਿੱਚ ਦਫਾੜ ਵੀ ਪਾਇਆ, ਉਹਨਾਂ ਨੂੰ ਵੰਡਿਆ, ਉਹਨਾਂ ਨੂੰ ਕਈ ਜਗ੍ਹਾ ਦੇ ਉੱਪਰ ਕਰ ਦਿੱਤਾ, ਜਿਵੇਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਟੋਟੇ ਟੋਟੇ ਕਰ ਦਿੱਤੇ, ਇਸੇ ਤਰ੍ਹਾਂ ਦਮਦਮੀ ਟਕਸਾਲ ਦੇ ਕਈ ਧੜੇ ਅੱਜ ਸਾਡੇ ਸਾਹਮਣੇ ਮੌਜੂਦ ਨੇਗੇ, ਨਿਹੰਗ ਜਥੇਬੰਦੀਆਂ ਦੇ ਵਿੱਚ ਵੀ ਪਾਟਕ ਪਿਆ। ਸੋ ਇਹਨੂੰ ਕਿਹਾ ਜਾਂਦਾ ਵੀ ਇਹ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਦੇਣ ਹੈ ਜੀ। ਅਤੇ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਵਿਰੋਧੀ ਆਗੂ ਸੀਗੇ ਅਕਾਲੀ ਦਲ ਦੇ ਵਿੱਚ, ਉਹ ਵੀ ਸਾਰੇ ਇੱਕ ਇੱਕ ਕਰਕੇ ਜਿਹੜੇ ਖਤਮ ਕਰ ਦਿੱਤੇ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜਾਂ ਅਕਾਲੀ ਦਲ ਦੇ ਵਿੱਚ ਜਿਹੜਾ ਰਾਜ ਸੱਤਾ ਮੰਨਣ ਵਾਲਾ ਸਾਰਾ ਸਿਸਟਮ ਸੀ ਉਹਨੂੰ ਭਾਈ ਭਤੀਜਾਬਾਦ ਦੇ ਜਾਂ ਦਾਇਰੇ ਦੇ ਵਿੱਚ ਲੈ ਆਉਂਦਾ, ਉਹਨਾਂ ਨੂੰ ਇੱਕ ਨਿੱਜੀ ਕੰਪਨੀ ਦਾ ਰੂਪ ਹੈ ਜਿਹੜਾ ਬਣਾ ਕੇ ਰੱਖ ਦਿੱਤਾ ਗਾ। ਸੋ ਇਹਦੇ ਵਿੱਚ ਇਹ ਵੀ ਬਹੁਤ ਵੱਡੇ ਦੋਸ਼ ਲੱਗਦੇ ਆ ਵੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਸਮੇਧ ਸੈਣੀ ਵਰਗੇ DGP ਲਾਏ ਗਏ। ਅਤੇ ਇਹਦੇ ਨਾਲ ਨਾਲ ਜੇ ਗੱਲ ਕਰੀਏ ਅਜ਼ਹਾਰ ਆਲਮ ਜਿਹੜਾ ਕਿ ਸਿੱਖਾਂ ਦਾ ਨੌਜਵਾਨੀ ਦਾ ਕਾਤਲ ਮੰਨਿਆ ਜਾਂਦਾ ਸੀਗਾ, ਉਹਨੂੰ ਆਲਮ ਸੈਨਾ ਜੀ ਨੇ ਬਣਾ ਕੇ ਸਿੱਖ ਨੌਜਵਾਨੀ ਦਾ
ਘਾਣ ਕੀਤਾ ਸੀਗਾ ਉਹਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ। ਸੋ ਇਹਦੇ ਨਾਲ ਨਾਲ ਹੀ ਜਿਹੜੀ ਬੇਅਦਬੀ ਦਾ ਦੌਰ ਹੋਇਆ ਸਰਸੇ ਵਾਲੇ ਦਾ ਜਿਹੜਾ ਸਾਧ ਦਾ ਉਹਦਾ ਪੰਜਾਬ ਦੇ ਵਿੱਚ ਆ ਕੇ ਇੱਕ ਤਰ੍ਹਾਂ ਦੇ ਨਾਲ ਵੱਡੀ ਪੱਧਰ 'ਤੇ ਫੈਲਾਅ ਹੁੰਦਾ, ਡੇਰਾਬਾਦ ਫੈਲਾਉਣ ਦੇ ਵਿੱਚ ਵੱਡਾ ਯੋਗਦਾਨ ਜਿਹੜਾ ਕਿਹਾ ਜਾਂਦਾ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਰਿਹਾ। ਅਤੇ ਇਹਦੇ ਚੱਲਦੇ ਹੀ 2015 ਦੇ ਵਿੱਚ ਜਿਹੜੀ ਬੇਅਦਬੀ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਉਹ ਇੱਕ ਬਹੁਤ ਵੱਡਾ ਕਲੰਕ ਹੈ ਜਿਹੜਾ ਉਹ ਇੱਕ ਤਰ੍ਹਾਂ ਦੇ ਨਾਲ ਅਕਾਲੀ ਦਲ ਦੀ ਸਰਕਾਰ ਦੇ ਉੱਪਰ ਲੱਗਦਾ ਹੈਗਾ। ਇਹਦੇ ਵਿੱਚ 2020 ਦੀ ਜੇ ਗੱਲ ਕਰੀਏ ਤਾਂ ਉਦੋਂ ਸ਼ਾਇਦ ਤੁਹਾਡੇ ਯਾਦ ਹੋਣਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਵੀ ਅਕਾਲੀ ਦਲ ਨੂੰ ਕਿਹਾ ਸੀਗਾ ਕਿ ਤੁਸੀਂ ਹੁਣ ਆਪਣਾ ਇਹ ਜਿਹੜਾ ਰਾਸ਼ਤਾ ਮੋੜੋ, ਪੰਥ ਅਤੇ ਪੰਜਾਬ ਵੱਲ ਸੇਧਿਤ ਹੋਵੋ, ਤੁਹਾਡਾ ਨਿਘਾਰ ਆ ਜਿਹੜਾ ਘੱਟਦਾ ਜਾਣਾ, ਆਨੰਦਪੁਰ ਸਾਹਿਬ ਦੇ ਮਤੇ ਦਾ ਜਿਹੜਾ ਤਿਆਗ ਕਰ ਦਿੱਤਾ, ਸੋ ਉਸ ਪਾਸੇ ਵੱਲ ਮੋੜਨ ਦਾ ਯਤਨ ਵੀ ਕੀਤਾ ਸੀਗਾ। ਪਰ ਇਹ ਸਾਰਾ ਕੁਝ ਤਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਜਿਹੜੀ ਮੋਗਾ ਕਾਨਫਰੰਸ ਦੇ ਦੌਰਾਨ ਜਿਹੜੀ ਕਿ 1996 ਦੇ ਵਿੱਚ ਉਹਨਾਂ ਨੇ ਕੀਤੀ ਸੀ, ਉਦੋਂ ਤਿਆਗ ਦਿੱਤਾ ਸੀ ਉਹਨਾਂ ਨੇ ਸਿੱਖਾਂ ਦੀ ਪਾਰਟੀ ਨੂੰ, ਜਿਹਨੂੰ ਸਿੱਖਾਂ ਦੀ ਨੁਮਾਇੰਦਾ ਪਾਰਟੀ ਕਿਹਾ ਜਾਂਦਾ, ਸ਼੍ਰੋਮਣੀ ਅਕਾਲੀ ਦਲ, ਉਹਨੂੰ ਇੱਕ ਪੰਜਾਬੀ ਪਾਰਟੀ ਗਰਦਾਨ ਦਿੱਤਾ ਸੀ, ਪੰਜਾਬੀ ਪਾਰਟੀ ਐਲਾਨ ਕਰ ਦਿੱਤਾ ਸੀਗਾ, ਕਰਾਰ ਦੇ ਦਿੱਤਾ ਸੀਗਾ ਮੋਗਾ ਕਨਵੈਨਸ਼ਨ ਦੇ ਵਿੱਚ। ਤੋ ਇਸ ਤੋਂ ਬਾਅਦ ਮਤਲਬ BJP ਨਾਲ ਸਮਝੌਤਾ ਹੋਇਆ ਅਤੇ ਫਿਰ ਇਹ ਸੱਤਾ ਦਾ ਸੁੱਖ ਮਾਣਦੇ ਰਹੇ ਹੈਗੇ। ਪਰ ਇਹਦੇ ਚੱਲਦੇ ਹੀ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਪਾਰਟੀ ਦੇ ਉੱਪਰ ਜਦੋਂ ਕਾਬਜ਼ ਹੋਣ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਗੱਲ ਵੀ ਅਕਾਲੀ ਦਲ ਦੇ ਲੀਡਰਾਂ ਨੂੰ ਦਰਕਿਨਾਰ ਕਰਦੇ ਕਰਦੇ 2008 ਦੇ ਵਿੱਚ ਇਹਦੀ ਅਕਾਲੀ ਦਲ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਦੇ ਦਿੱਤੀ। ਅਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੋਣਾ ਨੇ ਉਦੋਂ ਇਹ ਗੱਲ ਕਹੀ ਸੀ ਆਪਣਾ ਪ੍ਰਧਾਨ ਬਣਨ ਤੋਂ ਬਾਅਦ ਕਿ ਅਕਾਲੀ ਦਲ ਦਾ ਜਿਹੜਾ ਮੁੱਖ ਦਫ਼ਤਰ ਹੈ ਉਹ ਚੰਡੀਗੜ੍ਹ ਦੀ ਬਜਾਏ ਹੁਣ ਦਰਬਾਰ ਸਾਹਿਬ ਫਿਰ ਲੈ ਕੇ ਜਾਇਆ ਜਾਊਗਾ ਹਰਿਮੰਦਰ ਸਾਹਿਬ ਦੇ ਵਿੱਚ ਹੀ, ਜਿਸ ਤਰ੍ਹਾਂ ਪਹਿਲਾਂ ਅਕਾਲੀ ਦਲ ਦਾ ਦਫ਼ਤਰ ਹੈ ਜਿਹੜਾ ਉਹ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚੋਂ ਚੱਲਦਾ ਰਿਹਾ। ਸੋ ਅੰਮ੍ਰਿਤਸਰ ਵਿਖੇ ਬਣਾਉਣ ਦੀ ਉਹਨਾਂ ਨੇ ਘੋਸ਼ਣਾ ਵੀ ਕੀਤੀ ਸੀ, ਪਰ ਉਹ ਕਦੇ ਵੀ ਉਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਹੈਗਾ। ਸੋ ਉਹਨਾਂ ਦਾ ਸਿਰਫ਼ ਅਤੇ ਸਿਰਫ ਅਕਾਲੀ ਦਲ ਦੇ ਲੀਡਰਾਂ ਦਾ ਹਰਿਮੰਦਰ ਸਾਹਿਬ ਮੱਥਾ ਟੇਕਣ ਤੱਕ ਹੀ ਜਿਹੜਾ ਕੰਮ ਹੈ ਸੀਮਤ ਰਹਿ ਗਿਆ। ਉਸ ਤੋਂ ਅੱਗੇ ਅਕਾਲੀ ਦਲ ਨੇ ਉਸ ਤਰ੍ਹਾਂ ਦਾ ਕੋਈ ਵੀ ਕਦਮ ਨਹੀਂ ਚੁੱਕਿਆ ਕਿ ਉਹ ਮੁੜ ਉਸ ਜਿਹੜੀ ਅਕਾਲੀ ਰਵਾਇਤੀ ਅਕਾਲੀ ਦਲ ਸੀਗਾ ਜਿਹੜਾ ਕਿਸੇ ਸਮੇਂ ਪੰਥ ਦੀ ਪਾਰਟੀ ਮੰਨਿਆ ਜਾਂਦਾ ਸੀ, ਉਸ ਵੱਲ ਕਦਮ ਚੁੱਕਦੇ। ਸੋ ਇਹਦੇ ਵਿੱਚ ਹੀ 1999 ਦਾ ਤੁਹਾਨੂੰ ਯਾਦ ਕਰਾ ਦਈਏ ਜਦੋਂ ਖਾਲਸੇ ਦਾ 300 ਸਾਲਾਂ ਮਨਾਇਆ ਗਿਆ ਸੀਗਾ, ਅਤੇ ਉਦੋਂ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਇੱਕ ਨਵਾਂ ਕੰਮ ਸ਼ੁਰੂ ਕਰਤਾ ਸੀ, ਕਿਉਂਕਿ ਉਹਨਾਂ ਦਾ ਫਰਕ ਪੈ ਗਿਆ ਸੀ ਗੁਰਚਰਨ ਸਿੰਘ ਟੌੜਾ ਹੋਣਾ ਨਾਲ, ਅਤੇ ਉਹਨਾਂ ਨੇ ਫਿਰ ਉਸ ਸਮੇਂ ਲਿਫਾਫਾ ਕਲਚਰ ਹੈ ਜਿਹੜਾ ਪੈਦਾ ਕੀਤਾ, ਲਿਫਾਫੇ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਿਫਾਫੇ ਦੇ ਵਿੱਚੋਂ ਕੱਢਣੇ ਜਿਹੜੇ ਸ਼ੁਰੂ ਕਰ ਦਿੱਤੇ ਸੀਗੇ। ਸੋ ਇਸ ਤਰ੍ਹਾਂ ਅਕਾਲੀ ਦਲ ਲਗਾਤਾਰ ਜਿਹੜਾ ਸਿੱਖ ਰਵਾਇਤਾਂ ਤੋਂ ਵੀ ਦੂਰ ਹੁੰਦਾ ਗਿਆ, ਔਰ ਜਿਹੜੇ ਪੰਜਾਬ ਦੇ ਮਸਲੇ ਸੀ ਜਿਹੜਾ ਬੁਨਿਆਦੀ ਮੈਂ ਕਹਿ ਸਕਦਾ ਵੀ ਅਕਾਲੀ ਦਲ ਦਾ ਬੁਨਿਆਦੀ ਢਾਂਚਾ ਸੀ ਉਹ ਤੋਂ ਦੂਰ ਹੁੰਦਾ ਤੁਰਿਆ ਗਿਆ। ਬਾਬਰੀ ਮਸਜਿਦ ਸਮੇਂ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ, ਧਾਰਾ 370 ਨੂੰ ਖਤਮ ਕਰਨ ਦੀ ਗੱਲ ਆਉਂਦੀ ਹੈਗੀ, ਨਾਗਰਿਕ ਸੋਧ ਐਕਟ ਆਉਂਦਾ ਹੈਗਾ, ਕਿਸਾਨੀ ਬਿੱਲਾਂ ਦੀ ਗੱਲ ਆਉਂਦੀ ਆ। ਸੋ ਅਕਾਲੀ ਦਲ ਭਾਜਪਾ ਦੇ ਨਾਲ ਭਾਈਵਾਲ 'ਚ ਹੁੰਦਾ ਹੋਇਆ, ਮੋਦੀ ਸਰਕਾਰ ਦੇ ਵਿੱਚ ਹੁੰਦਾ ਹੋਇਆ ਚੁੱਪ ਧਾਰ ਕੇ ਬੈਠਾ ਰਿਹਾ। ਸੋ ਇਹ ਜਦੋਂ ਵੀ ਮਤਲਬ ਜੇ ਅਸੀਂ ਕਹਿ ਸਕਦੇ ਹਾਂ ਵੀ ਜਦੋਂ ਸੈਂਟਰ ਨੇ ਸੰਘੀ ਢਾਂਚੇ ਦੇ ਉੱਪਰ ਹਮਲਾ ਕੀਤਾ ਤਾਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਉਸ ਸਮੇਂ ਅੱਖਾਂ ਜਿਹੜੀਆਂ ਮੀਚ ਲਈਆਂ ਨੇਗੀਆਂ। ਸੋ ਇਹਦੇ ਨਾਲ ਨਾਲ ਇਹ ਵੀ ਆਉਂਦਾ ਵੀ 1996 ਦੇ ਵਿੱਚ ਅਕਾਲੀ ਦਲ ਨੇ ਇੱਕ ਘੋਸ਼ਣਾ ਪੱਤਰ ਆਪਣਾ ਚੋਣ ਮਨੋਰਥ ਪੱਤਰ ਜਿਹੜਾ ਜਾਰੀ ਕੀਤਾ ਸੀ, ਉਹਦੇ ਵਿੱਚ ਕਿਹਾ ਸੀਗਾ ਕਿ ਅਸੀਂ ਇੱਕ ਟਰੁੱਥ ਕਮਿਸ਼ਨ ਬਣਾਵਾਂਗੇ, ਜਿਹੜੀਆਂ ਖਾੜਕੂਬਾਦ ਦੇ ਦੌਰਾਨ ਨੌਜਵਾਨਾਂ ਦੇ ਕਤਲ ਹੋਏ ਨੇ, ਪੁਲਿਸ ਨੇ ਜਿਹੜਾ ਤਸ਼ੱਦਦ ਕੀਤਾ ਪੁਲਿਸ ਅਫਸਰਾਂ ਨੇ ਨੌਜਵਾਨਾਂ 'ਤੇ, ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦੇਵਾਂਗੇ। ਪਰ ਅਕਾਲੀ ਦਲ ਸਭ ਕੁਝ ਭੁੱਲ ਭੁਲਾ ਗਿਆ, ਇੱਥੋਂ ਤੱਕ ਕਿ
ਜਦੋਂ ਅਕਾਲੀ ਦਲ ਦੇ ਜਿਹੜਾ ਮਨੁੱਖੀ ਅਧਿਕਾਰ ਸੰਗਠਨ ਦਾ ਜਨਰਲ ਸਕੱਤਰ ਸੀਗੇ ਜਸਵੰਤ ਸਿੰਘ ਖਾਲੜਾ, ਉਹਨਾਂ ਦੀ ਪਤਨੀ ਨੇ ਜਾ ਕੇ ਜਸਵੰਤ ਸਿੰਘ ਖਾਲੜਾ ਦੇ ਕਤਲ ਬਾਰੇ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਬੀਬੀ ਸਾਡੋ ਹੁਣ ਬੀਤੇ ਦੀਆਂ ਗੱਲਾਂ ਨੇਗੀਆਂ। ਸੋ ਇਸ ਤਰ੍ਹਾਂ ਕਰਕੇ ਅਕਾਲੀ ਦਲ ਦੀ ਜੇ ਗੱਲ ਕਰੀਏ ਤਾਂ ਅਕਾਲੀ ਦਲ ਪੰਥਕ ਰਾਜਨੀਤੀ ਛੱਡ ਕੇ ਇੱਕ ਤਰ੍ਹਾਂ ਦੇ ਨਾਲ ਰਾਜ ਸੱਤਾ ਭਾਈ ਭਤੀਜਾਬਾਦ ਦੇ ਦੌਰ ਦੇ ਵਿੱਚ ਆ ਗਿਆ। ਸੁਖਬੀਰ ਸਿੰਘ ਬਾਦਲ ਹੋਣਾਂ ਦੇ ਸਮੇਂ ਇਸ ਤਰ੍ਹਾਂ ਦਾ ਰੂਪ ਹੈ ਜਿਹੜਾ ਆ ਗਿਆ। ਪਰ 2017 ਤੋਂ ਬਾਅਦ ਅਕਾਲੀ ਦਲ ਦਾ ਜਿਹੜਾ ਨਿਘਾਰ ਆ ਉਹ ਇਸ ਤਰ੍ਹਾਂ ਦਾ ਸ਼ੁਰੂ ਹੋਇਆ ਕਿ ਅਕਾਲੀ ਦਲ ਹਾਸੀਏ 'ਤੇ ਤੁਰਿਆ ਜਾਂਦਾ ਰਿਹਾ। ਸੋ ਉਸ ਸਮੇਂ ਉਹ ਅਕਾਲੀ ਦਲ 1922 ਦੀਆਂ ਇਲੈਕਸ਼ਨਾਂ ਦੇ ਵਿੱਚ ਸਿਰਫ ਜਿਹੜਾ ਹੈਗਾ 3 ਸੀਟਾਂ 'ਤੇ ਸਿਮਟ ਕੇ ਰਹਿ ਗਿਆ। ਸੋ ਲਗਾਤਾਰ ਅਕਾਲੀ ਦਲ ਦੇ ਪੱਲੇ ਹਾਰਾਂ ਪੈਂਦੀਆਂ ਤੁਰੀਆਂ ਆਈਆਂ ਨੇ। ਹੁਣ ਤਾਜ਼ਾ ਜਿਹੜੇ ਲੋਕ ਸਭਾ ਦੇ ਚੋਣ ਨਤੀਜੇ ਆ, ਜੇ ਇਹਨਾਂ ਵੱਲ ਨਿਗਾਹ ਮਾਰੀਏ ਤਾਂ ਇੱਕ ਬਠਿੰਡਾ ਸੀਟ ਅਕਾਲੀ ਦਲ ਨੇ ਜਿੱਤੀ ਹੈ, ਜਿਹੜੀ ਕਿ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਜੇਤੂ ਰਹੀ ਹੈ। ਪਰ ਬਾਕੀ ਦੇ ਜੇ ਗੱਲ ਕਰਦੇ ਹਾਂ ਤਾਂ 11 ਉਮੀਦਵਾਰਾਂ ਦੇ ਵਿੱਚੋਂ ਕੋਈ ਚੌਥੇ 'ਤੇ ਆਇਆ, ਇੱਕ ਚੌਥੇ 'ਤੇ ਆ, ਇੱਕ ਪੰਜਵੇਂ 'ਤੇ ਆਇਆ, ਅਤੇ ਬਾਕੀ ਦੇ ਤਕਰੀਬਨ 10 ਉਮੀਦਵਾਰਾਂ ਦੀ ਜ਼ਮਾਨਤ ਹੈ ਜਿਹੜੀ ਉਹ ਜ਼ਬਤ ਹੋ ਗਈ ਹੈਗੀ। ਸੋ ਇਹਦੇ 'ਚ ਮਤਲਬ ਇਸ ਤਰ੍ਹਾਂ ਦਾ ਆ, ਹਾਰਾਂ ਜਿਹੜੀਆਂ ਲਗਾਤਾਰ ਅਕਾਲੀ ਦਲ ਨੂੰ ਦੇਖਣੀਆਂ ਪਈਆਂ ਨੇ। ਸੋ ਇਸੇ ਹਾਰਾਂ ਦੇ ਚੱਲਦੇ ਹੀ ਅਕਾਲੀ ਦਲ ਦੇ ਵਿੱਚੋਂ ਵੱਡੀ ਬਗਾਵਤ ਹੋਈ। ਰਣਜੀਤ ਸਿੰਘ ਬ੍ਰਹਮਪੁਰਾ ਬਾਹਰ ਨਿਕਲ ਗਏ, ਰਤਨ ਸਿੰਘ ਅਜਨਾਲਾ ਹੁਣੀ ਨਿਕਲ ਗਏ, ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਹੁਣੀ ਨਿਕਲ ਗਏ, ਅਤੇ ਉਸ ਤੋਂ ਬਾਅਦ ਹੁਣ ਜਿਹੜਾ ਮੌਜੂਦਾ ਹਾਲਾਤ ਆ, ਅਤੇ ਹੁਣ ਅਕਾਲੀ ਦਲ ਦੇ ਵਿੱਚ ਇੱਕ ਬੜੀ ਵੱਡੀ ਬਗਾਵਤ ਪੈਦਾ ਹੋ ਗਈ ਹੈ। ਸੋ ਅਕਾਲੀ ਦਲ ਇਹਨਾਂ ਲੋਕ ਸਭਾ ਚੋਣਾਂ ਦੇ ਚੱਲਦੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਆਪਣੇ ਜੀਜੇ ਅਤੇ ਮਾਝੇ ਦੇ ਇੱਕ ਵੱਡੇ ਅਕਾਲੀ ਆਗੂ ਨੂੰ ਵੀ ਬਾਹਰ ਕੱਢ ਦਿੱਤਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਅਕਾਲੀ ਦਲ ਤੋਂ ਬਾਹਰ ਕੱਢ ਦਿੱਤਾ। ਹੋਰ ਬਹੁਤ ਸਾਰੇ ਸਿਕੰਦਰ ਸਿੰਘ ਮਲੂਕਾ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਪ੍ਰਧਾਨ ਉਹਨਾਂ ਦੇ ਕੋਲ ਜਿਹੜੀ ਅਨੁਸ਼ਾਸਨੀ ਕਮੇਟੀ ਦੀ ਚੇਅਰਮੈਨ ਸੀ ਉਹ ਖੋਹ ਲਈ ਗਈ ਹੈ। ਸੁਖਦੇਵ ਸਿੰਘ ਢੀਂਡਸਾ ਅਤੇ ਹੋਰ ਬਹੁਤ ਸਾਰੇ ਆਗੂ ਜਿਹੜੇ ਪਹਿਲਾਂ ਹੀ ਬਾਹਰ ਨੇ, ਅਤੇ ਹੁਣ ਜਿਹੜੇ ਅੰਦਰ ਵੀ ਸੀ ਜਿਹਦੇ ਵਿੱਚ ਚਰਨਜੀਤ ਸਿੰਘ ਬਰਾੜ ਦੀ ਗੱਲ ਕਰੀਏ, ਮਨਪ੍ਰੀਤ ਸਿੰਘ ਜਿਆਲੀ ਦੀ ਗੱਲ ਕਰੀਏ, ਅਤੇ ਹੁਣ ਤਾਂ ਪ੍ਰੇਮ ਸਿੰਘ ਚੰਦੂ ਮਾਦਰਾ ਹੁਣੀ ਵੀ ਬੋਲਣ ਲੱਗ ਗਿਆ। ਸੋ ਲੱਗ ਰਿਹਾ, ਕਹਿੰਦੇ ਆ ਵੀ ਆਉਣ ਵਾਲੇ ਦਿਨਾਂ ਜਿਹੜੇ ਇਹ ਅਕਾਲੀ ਦਲ ਦੇ ਲਈ ਕਾਫੀ ਭਾਰੂ ਪੈਣ ਵਾਲੇ ਨੇ, ਕਿਉਂਕਿ ਅਕਾਲੀ ਦਲ ਦੇ ਅੰਦਰ ਇੱਕ ਬਹੁਤ ਵੱਡੀ ਬਗਾਵਤ ਹੈ ਜਿਹੜੀ ਖੜ੍ਹੀ ਹੋ ਗਈ ਹੈ, ਅਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਪੰਥਕ ਲਹਿਰ ਦਾ ਜਿਹੜਾ ਆਭਾਰ ਹੁੰਦਾ ਗਾ, ਜਿਹਦੇ ਵਿੱਚ ਖੰਡੂਰ ਸਾਹਿਬ ਸੀਟ ਅਤੇ ਜਿਹੜੀ ਹੈਗੀ ਫਰੀਦਕੋਟ ਸੀਟ ਹੈ, ਇਹਦੇ ਉੱਪਰ ਪੰਥਕ ਉਮੀਦਵਾਰ ਜਿੱਤ ਜਾਂਦੇ ਆ। ਸੋ ਅਕਾਲੀ ਆਗੂਆਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਪੰਥਕ ਸੋਚ ਤਾਂ ਕਾਇਮ ਹੈ, ਪਰ ਪੰਥਕ ਸੋਚ ਨੂੰ ਅਕਾਲੀ ਦਲ ਛੱਡ ਚੁੱਕਿਆ, ਖਾਸ ਕਰਕੇ ਸੁਖਬੀਰ ਸਿੰਘ ਬਾਦਲ ਛੱਡ ਚੁੱਕਿਆ। ਇਸ ਕਰਕੇ ਅਕਾਲੀ ਦਲ ਦੇ ਵਿੱਚ ਬਹੁਤ ਵੱਡੀ ਬਗਾਵਤ ਹੈ ਜਿਹੜੀ ਉਹ ਖੜ੍ਹੀ ਹੋ ਗਈ ਹੈ, ਜਿਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਅਸਲੀ ਰੂਪ ਜਿਹੜਾ ਸਾਹਮਣੇ ਮਿਲੂਗਾ। ਸੋ ਇਸ ਦੇ ਨਾਲ ਹੀ ਅੱਜ ਸਭ ਤੋਂ ਲੈਂਦੇ ਹਾਂ ਇਜਾਜ਼ਤ, ਕੱਲ੍ਹ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।